ਪੰਜਾਬੀਓ ਜਾਗ ਦੇ ਕੇ ਸੁੱਤੇ, ਪੰਜਾਬੀਓ ਜਾਗ ਦੇ ਕੇ ਸੁੱਤੇ। ਸਤਿ ਸ੍ਰੀ ਅਕਾਲ ਦੋਸਤੋ, TV16 ਟੋਰਾਂਟੋ 'ਤੇ ਤੁਹਾਡਾ ਸਵਾਗਤ ਹੈ ਅਤੇ ਮੈਂ ਸੈਗਮੈਂਟ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ, ਪੰਜਾਬੀਓ ਜਾਗਦੇ ਕੇ ਸੁੱਤੇ। ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜਾ ਸਾਡਾ ਸੈਗਮੈਂਟ ਹੈ ਉਹ ਪਸੰਦ ਆ ਰਿਹਾ ਹੋਵੇਗਾ। ਕਿਸੇ ਤਰ੍ਹਾਂ ਦੀ ਕੋਈ ਫੀਡਬੈਕ ਦੇਣੀ ਚਾਹੁੰਦੇ ਹੋ ਇਸ ਸੈਗਮੈਂਟ ਦੇ ਪ੍ਰਤੀ, ਕੋਈ ਹੋਰ ਪ੍ਰੋਗਰਾਮ ਦੇ ਪ੍ਰਤੀ, ਤਾਂ tv16toronto@gmail.com 'ਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਸਕਰੀਨ 'ਤੇ ਆ ਰਹੇ ਜਿਹੜੇ ਸਾਡੇ ਨੰਬਰ ਨੇ 6475281016 ਦੇ ਉੱਤੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੈਗੇ ਹੋ। ਤੁਹਾਡੇ ਸੁਝਾਵਾਂ ਦਾ ਸਾਨੂੰ ਹਮੇਸ਼ਾ ਹੀ ਜਿਹੜਾ ਹੈ ਉਹ ਇੰਤਜ਼ਾਰ ਰਹਿੰਦੀ ਆ, ਕਿਉਂਕਿ ਜਿਹੜੇ ਤੁਹਾਡੇ ਸੁਝਾਅ ਨੇ ਉਹ ਸਾਨੂੰ ਪ੍ਰੋਗਰਾਮ ਨੂੰ ਹੋਰ ਜਿਹੜੇ ਬਿਹਤਰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਾਈ ਹੁੰਦੇ ਆ। ਆਓ ਆਪਾਂ ਅੱਜ ਪ੍ਰੋਗਰਾਮ ਦੀ ਜਿਹੜੀ ਹੈ ਨਵੇਂ ਟੌਪਿਕ ਦੀ ਜਿਹੜੀ ਹੈ ਉਹ ਸ਼ੁਰੂਆਤ ਕਰਦੇ ਹਾਂ। ਸੋ ਪ੍ਰੋਗਰਾਮ ਨੂੰ ਕੰਟੀਨਿਊ ਕਰਦੇ ਹੋਏ ਅੱਜ ਜਿਹੜਾ ਮੈਂ ਸੈਗਮੈਂਟ ਲੈ ਕੇ ਆਇਆ ਜੀ ਉਹ ਹੈਗਾ ਪ੍ਰਵਾਸ ਅਤੇ ਆਵਾਸ। ਇਹ ਵੀ ਇੱਕ ਬੜਾ ਗੰਭੀਰ ਜਿਹੜਾ ਹੈ ਉਹ ਮਸਲਾ ਹੈ, ਇਹਦੇ 'ਤੇ ਵੀ ਸਾਨੂੰ ਸੋਚਣ ਅਤੇ ਸਮਝਣ ਦੀ ਜਿਹੜੀ ਹੈ ਉਹ ਜ਼ਰੂਰਤ ਹੈ। ਕਈ ਵਾਰੀ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਕਿ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਜੋ ਕੁਛ ਵੀ ਹੋ ਰਿਹਾ ਇਹ ਸਮੇਂ ਨਾਲ ਹੋ ਰਿਹਾ, ਪਰ ਲੇਕਿਨ ਕਈ ਵਾਰੀ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਉਸ ਸਮੇਂ ਦੇ ਵਿੱਚ ਕਿਸੇ ਦਾ ਕੋਈ ਜਿਹੜਾ ਆਪਣਾ ਪਰਸਨਲ ਤੌਰ ਦੇ ਉੱਤੇ ਕੋਈ ਹੱਥ ਤਾਂ ਨਹੀਂ ਹੈ, ਜਾਂ ਸਾਡੇ ਵਾਸਤੇ ਇਹੋ ਜਿਹਾ ਮਾਹੌਲ ਤਾਂ ਨਹੀਂ ਬਣਾਇਆ ਜਾ ਰਿਹਾ ਕਿ ਜਿਹਦੇ ਨਾਲ ਸਾਨੂੰ ਲੱਗੇ ਤਾਂ ਇਸ ਤਰ੍ਹਾਂ ਦੇ ਨਾਲ ਕਿ ਲਓ ਜੀ ਇਹ ਤਾਂ ਸਮੇਂ ਦਾ ਪਰਿਵਰਤਨ ਆ ਜਿਹੜਾ ਹੈ ਉਹ ਜ਼ਮਾਨਾ, ਉਹ ਜਿੱਦਾਂ ਆਪਾਂ ਨੋਰਮਲ ਇੱਕ ਸੌਖੇ ਜਿਹੇ ਲਫਜ਼ਾਂ 'ਚ ਕਹਿ ਦਿੰਦੇ ਹਾਂ ਕਿ ਲਓ ਜੀ ਇਹ ਤਾਂ ਜ਼ਮਾਨਾ ਬਦਲਦਾ ਅਤੇ ਇਹ ਸਾਰਾ ਕੁਛ ਉਹਦੇ ਨਾਲ ਜਿਹੜਾ ਹੈ ਉਹ ਚੱਲਿਆ ਆਉਂਦਾ। ਪਰ ਇਹਦੇ 'ਤੇ ਸੋਚਣ ਵਾਲੀ ਇੱਕ ਗੱਲ ਜਿਹੜੀ ਹੈਗੀ ਆ, ਜਿਹੜਾ ਪ੍ਰਵਾਸ ਸੀ ਨਾ ਇਹ ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਆ, ਅੱਜ ਤੋਂ ਨਹੀਂ ਆ, ਜਦੋਂ ਅਸੀਂ ਜੰਮੇ ਵੀ ਨਹੀਂ ਹੋਵਾਂਗੇ ਉਸ ਤੋਂ ਵੀ ਪਹਿਲਾਂ ਦਾ ਪ੍ਰਵਾਸ ਲੋਕ ਜਿਹੜੇ ਨੇ ਉਹ ਕਰਦੇ ਆ ਰਹੇ ਨੇ ਅਤੇ ਲਗਾਤਾਰ ਜਿਹੜਾ ਹੈ ਉਹ ਜਾਰੀ ਸੀਗਾ, ਹੁਣ ਤੱਕ ਵੀ ਹੈ। ਪਰ ਲੇਕਿਨ ਜਿਹੜਾ ਪਹਿਲਾਂ ਦਾ ਪ੍ਰਵਾਸ ਸੀਗਾ ਉਹਦੇ ਅਤੇ ਅੱਜ ਦੇ ਪ੍ਰਵਾਸ ਦੇ ਵਿੱਚ ਫਰਕ ਹੈ। ਇਹ ਇਸ ਚੀਜ਼ 'ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਆ ਕਿ ਕਿਉਂ ਫਰਕ ਆ। ਪ੍ਰਵਾਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਤੁਸੀਂ ਆਪਣੀ ਰੋਜ਼ੀ ਰੋਟੀ ਵਾਸਤੇ ਜਾਂ ਤੁਸੀਂ ਆਪਣੇ ਚੰਗੇ ਜੀਵਨ ਵਾਸਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਸਕਦੇ ਹੈਗੇ ਹੋ ਅਤੇ ਜਾਣਾ ਵੀ ਚਾਹੀਦਾ, ਕੋਈ ਉਹਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ। ਜਿੱਦਾਂ ਮੈਂ ਗੱਲ ਕੀਤੀ ਆ ਕਿ ਪਹਿਲੇ ਪ੍ਰਵਾਸ ਦੇ ਵਿੱਚ ਅਤੇ ਹੋਣ ਵਾਲੇ ਪ੍ਰਵਾਸ ਦੇ ਵਿੱਚ ਫਰਕ ਹੈ, ਇਸ ਚੀਜ਼ ਦੇ ਉੱਤੇ ਸਾਨੂੰ ਜ਼ਰੂਰ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਆ, ਉੱਥੇ ਬੈਠਿਆਂ ਨੂੰ ਵੀ ਅਤੇ ਜਿਹੜੇ ਇੱਥੇ ਬੈਠੇ ਹਾਂ ਅਸੀਂ ਬਾਹਰ ਵੀ, ਇਹ ਦੋਨਾਂ ਨੂੰ ਹੀ। ਕਿਉਂਕਿ ਜੇ ਅਸੀਂ ਇਹ ਦੋਨੇ ਹੀ ਜਿਹੜਾ ਸਾਡਾ ਸੰਬੰਧ ਹੈਗਾ ਜੇ ਇਹ ਦੋਨਾਂ ਦਾ ਆਪਸ ਵਿੱਚ ਨਹੀਂ ਰਹੇਗਾ ਤਾਂ ਫਿਰ ਅਸੀਂ ਟੁੱਟ ਜਾਵਾਂਗੇ, ਇੱਕ ਦੂਸਰੇ ਤੋਂ ਹੀ ਟੁੱਟ ਜਾਵਾਂਗੇ। ਸਾਡਾ ਨਾ ਉਸ ਧਰਤੀ ਨਾਲ, ਨਾ ਉਸ ਖਿੱਤੇ ਨਾਲ ਮੋਹ ਰਹਿ ਜਾਏਗਾ, ਨਾ ਸਾਡੀਆਂ ਕੋਈ ਰਿਸ਼ਤੇਦਾਰੀਆਂ ਰਹਿ ਜਾਣਗੀਆਂ, ਨਾ ਸਾਡੇ ਕੋਈ ਸੰਬੰਧ ਰਹਿ ਜਾਣਗੇ ਅਤੇ ਅਸੀਂ ਟੁੱਟ ਜਾਵਾਂਗੇ। ਅਤੇ ਇਹੀ ਕਾਰਨ ਜਿਹੜਾ ਹੈ ਉਹ ਬਣ ਰਿਹਾ ਹੁਣ ਅੱਜ ਦੇ
ਜਿਹੜਾ ਸਮਾਂ ਜਿਹੜਾ ਹੈ ਉਹ ਚੱਲ ਰਿਹਾ। ਜਿਹੜਾ ਪਹਿਲਾ ਪ੍ਰਵਾਸ ਸੀਗਾ ਉਹਦੇ ਵਿੱਚ ਬੜਾ ਸਪਸ਼ਟ ਜਿਹਾ ਹੁੰਦਾ ਸੀਗਾ ਕਿ ਇੱਕ ਗੋਲ, ਇੱਕ ਟਾਰਗੇਟ, ਇੱਕ ਸਮਾਂ ਨਿਸ਼ਚਿਤ ਕਰ ਲਿਆ ਜਾਂਦਾ ਸੀਗਾ, ਜਾਂ ਉਹ ਥੋੜ੍ਹਾ ਬਹੁਤ ਅੱਗੇ ਪਿੱਛੇ ਵੀ ਹੋ ਜਾਂਦਾ ਸੀਗਾ ਕਿ ਲਓ ਜੀ ਅਸੀਂ ਬਾਹਰ ਜਾ ਰਹੇ ਹਾਂ, ਕਿਸੇ ਹੋਰ ਫੋਰਨ ਕੰਟਰੀ 'ਚ ਜਾ ਰਹੇ ਹਾਂ, ਆਪਣੇ ਜਿਹੜਾ ਹੈ ਜੀਵਨ ਨੂੰ ਵਧੀਆ ਬਣਾਉਣ ਵਾਸਤੇ ਜਾ ਰਹੇ ਹਾਂ, ਅਤੇ ਜੇ ਜੀਵਨ ਨੂੰ ਵਧੀਆ ਬਣਾਉਣ ਵਾਸਤੇ ਜਾ ਰਹੇ ਹਾਂ ਤਾਂ ਅਸੀਂ ਇੱਥੇ ਵਾਪਸੀ ਕਰਨੀ ਹੈ। ਜੇ ਵਾਪਸੀ ਕਰਨੀ ਆ ਤਾਂ ਫਿਰ ਸਾਡੇ ਕੋਲ ਇੱਕ ਸਮਾਂ ਵੱਧ ਹੁੰਦੇ ਸੀਗੇ ਕਿ 5 ਸਾਲ, 7 ਸਾਲ, 2 ਸਾਲ, 4 ਸਾਲ, 7 ਸਾਲ, 8, 10, 10 ਸਾਲ, ਜਿੰਨਾ ਵੀ ਕਿਸੇ ਦਾ ਕੋਈ ਸਮਾਂ ਹੁੰਦਾ ਸੀ ਉਹਦੇ ਮੁਤਾਬਕ ਉਹ ਆਪਣੀ ਕਮਾਈ ਵਗੈਰਾ ਕਰਦੇ ਸੀਗੇ ਅਤੇ ਉਹ ਵਾਪਸ ਜਿਹੜਾ ਹੈ ਉਹ ਚਲੇ ਜਾਂਦੇ ਸੀ। ਅਤੇ ਜਦੋਂ ਉਹ ਬਾਹਰ ਵੀ ਰਹਿੰਦੇ ਸੀਗੇ, ਚਾਹੇ ਉਹ ਉਸ ਤਰ੍ਹਾਂ ਦੇ ਨਾਲ ਪ੍ਰਵਾਸ ਵੀ ਕਰ ਜਾਂਦੇ ਸੀਗੇ, ਲੇਕਿਨ ਉਹ ਪਿੱਛੇ ਦਾ ਉਹਨਾਂ ਦਾ ਖਿਆਲ ਜਿਹੜਾ ਸੀਗਾ ਉਹ ਉਹਦੇ ਨਾਲ ਜੁੜੇ ਰਹਿੰਦੇ ਸੀਗੇ, ਅਤੇ ਪਿੱਛੇ ਨੂੰ ਉਹਨਾਂ ਦਾ ਜਿਹੜਾ ਧਿਆਨ ਸੀਗਾ ਉਹ ਕਈ ਰੂਪਾਂ 'ਚ ਰਹਿੰਦਾ ਸੀਗਾ। ਇੱਕ ਤਾਂ ਉਹ ਦਿਮਾਗੀ ਤੌਰ ਦੇ ਉੱਤੇ, ਫਿਜ਼ੀਕਲ ਤੌਰ ਦੇ ਉੱਤੇ ਨਾ ਹੋਣਾ, ਲੇਕਿਨ ਦਿਮਾਗੀ ਤੌਰ ਦੇ ਉੱਤੇ ਹਮੇਸ਼ਾ ਹੀ ਉੱਥੇ ਜਿਹੜਾ ਹੈ ਉਹ ਰਹਿੰਦੇ ਸੀਗੇ। ਅਤੇ ਦੂਸਰੀ ਗੱਲ ਇਕਨੋਮੀਕਲੀ, ਇਕਨੋਮੀਕਲੀ ਉਹ ਜਦੋਂ ਬਾਹਰੋਂ ਕਮਾਈ ਕਰਕੇ ਪਿੱਛੇ ਪੰਜਾਬ ਦੇ ਵਿੱਚ ਭੇਜਦੇ ਸੀਗੇ ਅਤੇ ਉਹਦੇ ਨਾਲ ਜਿਹੜਾ ਫਿਰ ਘਰ ਪਰਿਵਾਰ ਦਾ ਜਿਹੜਾ ਜੀਵਨ ਸੀਗਾ ਉਹ ਬਦਲਦਾ ਸੀਗਾ। ਘਰ ਪਰਿਵਾਰ ਦਾ ਜੀਵਨ ਜਦੋਂ ਇੱਕ ਪਰਿਵਾਰਾਂ ਦਾ ਜੀਵਨ ਬਦਲਦਾ ਅਤੇ ਤੁਹਾਡੇ ਜਿਹੜੇ ਆਲਾ ਦੁਆਲਾ ਹੁੰਦਾ, ਜਿਹੜੀ ਸ਼ਹਿਰ ਜਾਂ ਪਿੰਡ ਦੀ ਜਿਹੜੀ ਜਿਹੜੀਆਂ ਆਲੇ ਦੁਆਲੇ ਜਿਹੜਾ ਕੋਈ ਵਪਾਰ ਹੁੰਦਾ ਉਹਦੇ 'ਤੇ ਵੀ ਜਿਹੜਾ ਫਰਕ ਆ ਉਹ ਪੈਂਦਾ ਹੈਗਾ। ਅੱਜ ਦੇ ਪ੍ਰਵਾਸ ਦੇ ਵਿੱਚ ਫਰਕ ਕਿਉਂ ਆ? ਆਪਾਂ ਪਹਿਲਾਂ ਗੱਲ ਇੱਥੇ ਹੋਰ ਥੋੜ੍ਹੀ ਜਿਹੀ ਖੋਲ੍ਹ ਲਈਏ ਕਿ ਜਿਹੜਾ ਪ੍ਰਵਾਸ ਤਾਂ ਹੈ ਅਤੇ ਆਵਾਸ ਦਾ ਕੀ ਮਤਲਬ ਹੈਗਾ। ਆਵਾਸ ਇਹ ਹੈ ਕਿ ਬਹੁਤ ਗਿਣਤੀ ਜਦੋਂ ਸਾਡੀ ਜਿਹੜੀ ਹੈ ਪ੍ਰਵਾਸ ਕਰ ਰਹੀ ਹੈ ਪੰਜਾਬ ਤੋਂ, ਪੰਜਾਬੀਆਂ ਦੀ ਜਿਹੜੀ ਹੈ, ਅਤੇ ਉਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਕਿਤਿਓਂ ਹੋਰ ਕਿਸੇ ਸਟੇਟਾਂ ਤੋਂ ਜਿਹੜੇ ਲੋਕ ਨੇ ਉਹ ਬਹੁਤ ਗਿਣਤੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਲਗਾਤਾਰ ਉੱਥੇ ਆਣ ਕੇ ਆਵਾਸ ਕਰ ਰਹੇ ਨੇ। ਜਦਕਿ ਪਹਿਲਾਂ ਉਹਨਾਂ ਦਾ ਵੀ ਇਹ ਸਿਸਟਮ ਹੁੰਦਾ ਸੀਗਾ ਕਿ ਉਹ 6 ਮਹੀਨੇ ਬਾਅਦ ਆਉਂਦੇ ਸੀ, ਆਪਣਾ ਕਮਾਈ ਕੀਤੀ, ਆਪਣਾ ਲੇਬਰ ਕੀਤੀ ਅਤੇ ਉਸ ਤੋਂ ਬਾਅਦ ਉਹ ਵਾਪਸ ਜਿਹੜਾ ਸੀਗਾ ਉਹ ਚਲੇ ਜਾਂਦੇ ਸੀਗੇ। ਅਤੇ ਅੱਜ ਮਾਹੌਲ ਜਿਹੜਾ ਹੈ ਉਹ ਇਸ ਤਰ੍ਹਾਂ ਦਾ, ਇਹਦੇ ਪਿੱਛੇ ਵੀ ਇੱਕ ਜਿਹੜੀ ਹੈ ਉਹ ਬੜੀ ਸੋਚੀ ਸਮਝੀ ਜਿਹੜੀ ਹੈ ਸਾਜ਼ਿਸ਼ ਹੈ। ਸਾਡੇ ਬਹੁਤ ਗਿਣਤੀ ਬੰਦਿਆਂ ਨੂੰ ਇਹ ਗੱਲ ਜਿਹੜੀ ਹੈ ਉਹ ਸਮਝ ਨਹੀਂ ਆਉਂਦੀ, ਜਾਂ ਉਹ ਇਸ ਨੂੰ ਸਮਝਣਾ ਨਹੀਂ ਚਾਹੁੰਦੇ, ਜਾਂ ਸਮਝ ਨਹੀਂ ਆਉਂਦੀ, ਜਾਂ ਉਹ ਇਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਉਹ ਵਿਸ਼ਵਾਸ ਕਰਦੇ ਨਹੀਂ, ਉਹ ਕਹਿੰਦੇ ਨਹੀਂ ਜੀ ਇਹ ਤਾਂ ਸਮੇਂ ਨਾਲ ਸਾਰਾ ਕੁਛ ਬਦਲਦਾ ਹੈਗਾ। ਪਰ ਕਈ ਵਾਰੀ ਜਦੋਂ ਤੁਸੀਂ, ਮੈਂ ਕੱਲ੍ਹ ਵੀ ਇਹ ਗੱਲ ਕੀਤੀ ਸੀ ਕਿ ਇੰਟਰਲਿੰਕ ਹੁੰਦੀਆਂ ਨੇ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ, ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਪੰਜਾਬ ਦੇ ਜਿਹੜੇ ਸਾਰੇ ਮਸਲੇ ਨੇ ਉਹ ਇੱਕ ਦੇ ਨਾਲ ਦੂਸਰਾ, ਦੂਸਰੇ ਨਾਲ ਤੀਸਰਾ, ਤੀਸਰੇ ਨਾਲ ਚੌਥਾ, ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਜੁੜੀਆਂ ਹੋਈਆਂ ਨੇ। ਅਤੇ ਬੜੀ ਚਲਾਕੀ ਦੇ ਨਾਲ ਬਾਹਰੋਂ ਲੋਕਾਂ ਦਾ ਆਵਾਸ ਪੰਜਾਬ ਵਿੱਚ ਹੋਣਾ, ਬਹੁਤ ਗਿਣਤੀ ਦੇ ਵਿੱਚ ਲੋਕਾਂ ਨੂੰ ਉੱਥੇ ਵਸਾਇਆ ਜਾਣਾ, ਉਹਨਾਂ ਨੂੰ ਚੰਗੀਆਂ ਬੜੀਆਂ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ, ਉਹਨਾਂ ਨੂੰ ਇੱਕ ਚੀਜ਼ ਜਿਹੜੀ ਹੈ ਉਹ ਇਹ ਕਹਿ ਕੇ ਦਰਸਾ ਦੇਣੀ ਕਿ ਇਹ ਲੋਕ ਤਾਂ ਮਿਹਨਤੀ ਨੇ ਅਤੇ ਜਿਹੜੇ ਪੰਜਾਬੀ ਨੇ ਉਹ ਜਿਹੜੇ ਨੇ ਉਹ ਕੰਮ ਨਹੀਂ ਕਰਦੇ। ਇਹ ਬੜਾ ਇੱਕ ਭੰਡੀ ਪ੍ਰਚਾਰ ਜਿਹੜਾ ਹੈਗਾ ਉਹ ਕੀਤਾ ਜਾਂਦਾ, ਜਦਕਿ ਇਹ ਬਿਲਕੁਲ ਗਲਤ ਆ। ਠੀਕ ਹੈ, ਕੁਛ ਸਮੇਂ ਮੁਤਾਬਕ ਕੁਛ ਨੌਜਵਾਨੀ ਜਿਹੜੀ ਹੈਗੀ ਆ ਉਹ ਅਲੱਗ ਕਾਰਨ ਉਹਦੇ ਬਣੇ ਕਿ ਉਹ ਨਸ਼ਿਆਂ ਵੱਲ ਗਈ, ਜਾਂ ਉਹਨਾਂ ਨੂੰ ਕੋਈ ਘਰ ਆਪਣੇ ਸਟੇਟਸ ਮੁਤਾਬਕ ਕੋਈ ਕੰਮ ਕਾਰ ਨਹੀਂ ਮਿਲਿਆ ਅਤੇ ਉਹ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ, ਉਹ ਕੋਈ ਕੰਮ ਕਰਨਾ ਨਹੀਂ ਚਾਹੁੰਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਪੰਜਾਬੀ ਆ
ਉਹ ਬਿਲਕੁਲ ਜਿਹੜਾ ਹੈ ਉਹ ਵਿਹਲਾ ਰਹਿਣਾ ਚਾਹੁੰਦਾ ਜਾਂ ਉਹ ਕੰਮ ਹੀ ਨਹੀਂ ਕਰਨਾ ਚਾਹੁੰਦਾ ਜਾਂ ਉਹ ਨਿਕੰਮਾ ਹੋ ਗਿਆ ਜਾਂ ਉਹ ਨਿਕੰਮਾ ਸੀ। ਜੇ ਇੱਦਾਂ ਹੁੰਦਾ ਤਾਂ ਬਾਹਰ ਆ ਕੇ ਜਦੋਂ ਉਹ ਹੋਰ ਦੇਸ਼ਾਂ ਦੇ ਵਿੱਚ ਉਹਨਾਂ ਨੇ ਆ ਕੇ ਵਸੇ ਨੇ ਉਹ ਆ ਕੇ ਅਤੇ ਬੜੀਆਂ ਬੜੀਆਂ ਵੱਡੀਆਂ ਮੱਲਾਂ ਜਿਹੜੀਆਂ ਨੇ ਮਾਰਨੀਆਂ, ਪਾਰਲੀਮੈਂਟਾਂ ਤੱਕ ਪਹੁੰਚ ਕੇ ਬੜੇ ਬੜੇ ਵੱਡੇ ਅੰਪਾਇਰ ਖੜ੍ਹੇ ਕਰ ਲਏ, ਵੱਡੇ ਵੱਡੇ ਬਿਜ਼ਨਸ ਖੜ੍ਹੇ ਕਰ ਲਏ, ਅਤੇ ਉਹ ਜਿਹੜੇ ਉਹਨਾਂ ਨੇ ਖੜ੍ਹੇ ਕੀਤੇ ਨੇ ਉਹ ਮਿਹਨਤ ਨਾਲ ਹੀ ਕੀਤੇ ਨੇ। ਉਹ ਕੋਈ ਇੱਦਾਂ ਠੱਗੀਆਂ ਠੋਰੀਆਂ ਇੰਡੀਆ ਵਾਂਗੂ ਮਾਰ ਕੇ ਥੋੜ੍ਹੀ ਕੀਤੇ ਨੇ, ਉਹਨਾਂ ਹਰ ਇੱਕ ਨੇ ਆਪਣੀ ਬਹੁਤ ਜ਼ਿਆਦਾ ਜਿਹੜੀ ਮਿਹਨਤ ਆ ਉਹ ਕੀਤੀ ਆ। ਅਤੇ ਇਹ ਕਹਿਣਾ ਕਿ ਲਓ ਜੀ ਪੰਜਾਬੀ ਤਾਂ ਬਿਲਕੁਲ ਜਿਹੜੇ ਨੇ ਉਹ ਤਾਂ ਕੰਮ ਕਰਕੇ ਰਾਜ਼ੀ ਨਹੀਂ ਆ, ਉਹਦਾ ਵੀ ਇੱਕ ਕਾਰਨ ਆ ਕਿ ਕੰਮ ਕਾਰ ਕਰਕੇ, ਕਿਉਂਕਿ ਪੰਜਾਬੀਆਂ ਨੂੰ ਇੱਕ ਨਾ ਹਵਾ ਜਿਹੜੀ ਉਹ ਦੇ ਦਿੱਤੀ ਗਈ ਜਦੋਂ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਸਟਰੋਂਗ ਸੀ, ਪੰਜਾਬ ਦੇ ਵਿੱਚ ਸੀ, ਲੋਕ ਪੜ੍ਹੇ ਲਿਖੇ ਸੀ, ਲੋਕਾਂ ਨੂੰ ਉਹਨਾਂ ਦੇ ਮੁਤਾਬਕ ਜੇ ਕੋਈ ਬੰਦਾ ਟੀਚਰ ਹੈਗਾ, ਜੇ ਉਹਨੇ ਬੀ ਐੱਡ ਕੀਤੀ ਆ ਜਾਂ ਕੋਈ ਕਿਸੇ ਬੰਦੇ ਨੇ ਐੱਮ ਫਿਲ ਕੀਤੀ ਆ ਜਾਂ ਪੀ ਐੱਚ ਡੀ ਕੀਤੀ ਆ, ਉਹਦੇ ਮੁਤਾਬਕ ਉਹਦੇ ਨੇੜੇ ਤੇੜੇ ਵਾਲਾ ਉਹਨੂੰ ਕਾਰੋਬਾਰ ਤਾਂ ਦਿੱਤਾ ਜਾ ਸਕਦਾ ਸੀ ਨਾ। ਇਸ ਦੇ ਉੱਤੇ ਸਰਕਾਰਾਂ ਦੀ ਇੱਕ ਸੋਚੀ ਸਮਝੀ ਚਾਲ ਸੀਗੀ ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੂੰ ਜਦੋਂ ਮਤਲਬ ਮੁੱਢੋਂ ਤੋਂ ਇਹਨਾਂ ਦਾ ਜਾਂ ਮਾੜਾ ਜਿਹੜਾ ਮਨ ਆ ਨਾ, ਜਿਹੜਾ ਇਹਨਾਂ ਦੇ ਨਾਲ ਮੋਹ ਆ, ਉਹ ਮੋਹ ਨੂੰ ਭੰਗ ਕਰੋ ਕਿਸੇ ਤਰੀਕੇ ਦੇ ਨਾਲ। ਅਤੇ ਉਹਨਾਂ ਨੇ ਲਗਾਤਾਰ ਇਸ ਦੇ ਉੱਤੇ ਕੰਮ ਹੁੰਦਾ ਗਿਆ। ਜਿਹੜੀ ਸਟੇਟ ਹੁੰਦੀ ਆ ਉਹ ਹਮੇਸ਼ਾ ਪਾਲਿਸੀਜ਼ ਜਿਹੜੀ ਆ ਇੱਦਾਂ ਦੀਆਂ ਜਿਹੜੀਆਂ ਤਿਆਰ ਕਰਦੀ ਆ, ਅਤੇ ਤੁਹਾਡੇ ਵਾਸਤੇ ਇੱਕ ਜਿਹੜਾ ਹੈਗਾ ਨਾ ਮਾਹੌਲ ਉਸ ਤਰ੍ਹਾਂ ਦਾ ਜਿਹੜਾ ਉਹ ਕ੍ਰੀਏਟ ਕੀਤਾ ਜਾਂਦਾ ਹੈਗਾ। ਮੈਂ ਗੱਲ ਕੀਤੀ ਸੀਗੀ ਕਿ ਪੁਰਾਣੇ ਪ੍ਰਵਾਸ ਦੇ ਵਿੱਚ ਜਿਹੜਾ ਸੀਗਾ ਉਹ ਫਰਕ ਸੀ ਅਤੇ ਅੱਜ ਵਾਲੇ ਦੇ ਵਿੱਚ ਫਰਕ ਹੈਗਾ, ਕਿਉਂਕਿ ਪੁਰਾਣੇ ਦੇ ਵਿੱਚ ਸਾਨੂੰ ਇਸ ਤਰ੍ਹਾਂ ਹੁੰਦਾ ਸੀਗਾ ਕਿ ਜਿੰਨੇ ਵੀ ਜੇ ਸਾਡੇ ਕੋਲ ਰਿਸ਼ਤੇਦਾਰ ਪਹਿਲਾਂ ਬਾਹਰ ਰਹਿੰਦੇ ਸੀਗੇ ਜਾਂ ਉਹਨਾਂ ਦੇ ਵਿੱਚ ਇੱਕ ਤਾਂਘ ਹੁੰਦੀ ਸੀ ਕਿ ਅਸੀਂ ਸਾਲ ਬਾਅਦ, 2 ਸਾਲ ਬਾਅਦ, 3 ਸਾਲ ਬਾਅਦ ਪੰਜਾਬ ਦੇ ਵਿੱਚ ਜਾਈਏ, ਅਤੇ ਉਹ ਜਾ ਇੱਕ ਤਾਂ ਉਹ ਇਨਵੈਸਟਮੈਂਟ ਬੂਸਟ ਕਰਦੇ ਸੀ, ਉਹ ਜਾ ਕੇ ਇਨਵੈਸਟਮੈਂਟ ਕਰਦੇ ਸੀ ਜਾਂ ਪ੍ਰੋਪਰਟੀਆਂ ਖਰੀਦਦੇ ਸੀਗੇ ਜਾਂ ਕੋਈ ਕਾਰੋਬਾਰ 'ਚ ਆਪਣੇ ਹਿੱਸੇ ਪਾਉਂਦੇ ਸੀਗੇ। ਲੇਕਿਨ ਉੱਥੇ ਜਿਹੜਾ ਹੈ ਜਦੋਂ ਮਾਹੌਲ ਸਿਖਾਵਾਂ ਨਾ ਰਹੇ ਜਾਂ ਸਿਖਾਵਾਂ ਨਾ ਰਹਿਣ ਦਿੱਤਾ ਜਾਵੇ ਤਾਂ ਲੋਕਾਂ ਦਾ ਜਿਹੜਾ ਮੋਹ ਹੈ ਨਾ ਉਹ ਭੰਗ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਉੱਥੇ ਬੈਠਿਆਂ ਦਾ ਵੀ ਅਤੇ ਇੱਥੇ ਬੈਠਿਆਂ ਦਾ ਵੀ। ਉਹ ਇਹੀ ਕਾਰਨ ਜਿਹੜਾ ਹੈ ਉਹ ਮੇਨ ਇਹਦੇ 'ਤੇ ਸਾਨੂੰ ਸਮਝਣ ਦੀ ਜ਼ਰੂਰਤ ਆ। ਇੱਥੇ ਅਸੀਂ ਇਸ ਪਾਰਟ ਦੇ ਵਿੱਚ ਬਿਲਕੁਲ ਸੁੱਤੇ ਪਏ ਹਾਂ, ਇਸ ਜਗ੍ਹਾ ਦੇ ਉੱਤੇ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅੱਜ ਉੱਥੋਂ ਹਰ ਬੰਦਾ ਇਹ ਤਿਆਰ ਤੋਂ ਤਿਆਰ ਬੈਠਾ ਕਿ ਕਿਸੇ ਤਰੀਕੇ ਦੇ ਨਾਲ ਵੀ ਮੈਂ ਪੰਜਾਬ ਦੇ ਵਿੱਚੋਂ ਭੱਜ ਜਾਵਾਂ, ਚੰਗੇ ਭਲੇ ਵੀ ਜਿਹੜੇ ਬੰਦੇ ਮਿਲੀਅਨੇਅਰ ਆ ਉਹ ਵੀ, ਅਤੇ ਜਿਹੜਾ ਕੋਈ ਬਿਲਕੁਲ ਜਿਹੜਾ ਹੈ ਨੋਰਮਲ ਜ਼ਮੀਨ ਜਾਇਦਾਦ ਵਾਲਾ ਜਾਂ ਨੋਰਮਲ ਨੌਕਰੀ ਕਰਦਾ ਹੈਗਾ, ਉਹਦੇ ਵਾਸਤੇ ਉਹਨਾਂ ਨੇ ਸੋਰਸਿਸ ਜਿਹੜੇ ਨੇ ਅਲੱਗ ਅਲੱਗ ਉਹਨਾਂ ਨੇ ਢੰਗ ਅਪਣਾਏ, ਇੱਕ ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟ ਬਣਾ ਕੇ ਇੱਥੇ ਭੇਜਣਾ, ਫਿਰ ਉਸ ਤੋਂ ਬਾਅਦ ਆਪ ਕੋਸ਼ਿਸ਼ ਕਰਨੀ, ਮਾੜੀ ਗੱਲ ਕੋਈ ਨਹੀਂ, ਆਉਣਾ ਚਾਹੀਦਾ ਹਰ ਇੱਕ ਨੂੰ, ਹਰ ਇੱਕ ਦਾ ਹੱਕ ਬਣਦਾ ਆਉਣਾ ਚਾਹੀਦਾ। ਪਰ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਆਪਾਂ ਕਿਤੇ ਉਸ ਚੀਜ਼ ਨੂੰ ਭੁੱਲੀ ਤਾਂ ਨਹੀਂ ਜਾ ਰਹੇ ਕਿ ਆਪਾਂ ਉਹਨੂੰ ਬਿਲਕੁਲ ਖਾਲੀ ਤਾਂ ਨਹੀਂ ਕਰ ਦੇਣਾ ਚਾਹੁੰਦੇ ਕਿ ਉਹਨੂੰ ਬਿਲਕੁਲ ਉੱਥੇ ਦੇ ਨਾਲ ਕੋਈ ਜਿਹੜਾ ਮੋਹ ਜਿਹੜਾ ਹੈ ਸਾਡਾ ਰਵੇ ਹੀ ਨਾ। ਉਹਦੇ ਵਾਸਤੇ ਜਿਹੜੀ ਚਾਲ ਚੱਲੀ ਗਈ ਉਹ ਇਹ ਚੱਲੀ ਗਈ ਕਿ ਜਿਹੜੇ NRIs ਜਿਹੜੇ ਬੰਦੇ ਨੇ ਉਹਨਾਂ ਨੂੰ ਨਾ ਉਹਨਾਂ ਦਾ ਜਿਹੜਾ ਮੋਹ ਜਿਹੜਾ ਹੈ ਨਾ, ਜੇ ਪਿੱਛੇ ਤੁਸੀਂ ਦੇਖੋ ਪਿਛਲੇ 90s ਤੋਂ ਬਾਅਦ ਦਾ ਜਿਹੜਾ ਸਮਾਂ ਸੀਗਾ ਅਤੇ ਪੰਜਾਬ ਦੇ ਵਿੱਚ ਬਹੁਤ NRIs ਨੇ ਬਹੁਤ ਪੈਸਾ ਜਾ ਕੇ ਸਿੱਟਿਆ ਅਤੇ ਪੰਜਾਬ ਦਾ ਜਿਹੜਾ ਮਾਹੌਲ ਸੀ, ਪੰਜਾਬ ਦਾ ਜਿਹੜਾ ਰੰਗ ਰੂਪ ਸੀ ਉਹ ਤੁਹਾਨੂੰ
ਜਿਹੜਾ ਸੀ ਉਹ ਅਲੱਗ ਤਰ੍ਹਾਂ ਨਾਲ ਦੇਖਿਆ। ਨੋਰਮਲ ਘਰਾਂ ਤੋਂ ਜਿਨ੍ਹਾਂ ਨੂੰ ਆਪਾਂ ਕੋਠੀਆਂ ਕਹਿ ਦਿੰਦੇ ਹਾਂ, ਕੋਠੀਆਂ ਤੱਕ ਪਿੰਡਾਂ ਦੇ ਵਿੱਚ ਉਸਾਰ ਦਿੱਤੀਆਂ ਗਈਆਂ। ਉਹ ਤਾਂ ਬੜੀਆਂ ਮਹਿੰਗੀਆਂ ਮਹਿੰਗੀਆਂ, ਜ਼ਿਆਦਾ ਪੈਸੇ ਲਾ ਕੇ ਉਸਾਰ ਦਿੱਤੀਆਂ ਗਈਆਂ, ਜਦਕਿ ਇੱਥੇ ਕਮਾਈ ਕਰਨੀ ਕਈ ਗੁਣਾਂ ਨਾਲ ਔਖੀ ਆ ਇੰਡੀਆ ਨਾਲੋਂ। ਅਤੇ ਉਹ ਲੋਕਾਂ ਨੇ ਪਰ ਇੱਕ ਮੋਹ ਸੀ ਜਿਹਦੇ ਕਰਕੇ ਉਹਨਾਂ ਨੇ ਜ਼ਮੀਨਾਂ ਵੀ ਜਾ ਕੇ ਖਰੀਦੀਆਂ। ਪਰ ਅੱਜ ਵਾਲਾ ਬੰਦਾ, ਇਹ ਸਵਾਲ ਆ ਕਿ ਅੱਜ ਵਾਲਾ ਬੰਦਾ ਜਿਹੜਾ ਨੋਰਮਲ ਉੱਥੇ ਜੀਵਨ ਵੀ ਬਤੀਤ ਕਰਦਾ ਹੈਗਾ, ਉਹ ਕਿਉਂ ਭੱਜ ਰਿਹਾ ਹੈਗਾ? ਉਹਦਾ ਜਿਹੜਾ ਕਾਰਨ ਆ, ਉਹ ਸਾਰਾ ਕੁਛ ਮੈਂ ਪਹਿਲਾਂ ਜਿਹੜੀ ਗੱਲ ਕਰਕੇ ਹਟਿਆ ਕਿ ਉਹਦੇ 'ਚ ਨਸ਼ੇ ਨੇ, ਲੋਕਾਂ ਨੂੰ ਆਪਣਾ ਫਿਊਚਰ ਕੋਈ ਨਹੀਂ ਦੇਖ ਰਿਹਾ ਹੈਗਾ। ਇਸ ਤਰ੍ਹਾਂ ਦਾ ਮਾਹੌਲ ਤੁਹਾਡੇ ਵਾਸਤੇ ਤਿਆਰ ਕਰ ਦਿੱਤਾ ਗਿਆ ਕਿ ਤੁਸੀਂ ਉੱਥੇ ਅਸੁਰੱਖਿਅਤ। ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਇੱਥੇ ਬਿਲਕੁਲ ਵੀ ਸੁਰੱਖਿਅਤ ਨਹੀਂ ਹਾਂ, ਇਹ ਮਾਹੌਲ ਤਿਆਰ ਕਰ ਦਿੱਤਾ ਗਿਆ। ਸੇਮ ਇਹੀ ਗੱਲ ਬਾਹਰ ਵਾਲੇ NRIs ਵਾਸਤੇ ਕਰ ਦਿੱਤੀ ਗਈ ਕਿ ਜਦੋਂ NRI ਜਾਂਦੇ ਨੇ ਉੱਥੇ, ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਸੁਰੱਖਿਅਤ ਨਹੀਂ ਹਾਂ ਪੰਜਾਬ ਦੇ ਵਿੱਚ। ਸੋ ਦੋਨਾਂ ਸਾਈਡਾਂ ਦੇ ਉੱਤੇ ਕਹਿੰਦੇ ਹੁੰਦੇ ਨੇ ਇੱਕ ਪੰਥ ਦੋ ਕਾਜ, ਇੱਕ ਤਲਵਾਰ ਦੇ ਨਾਲ ਦੋ ਦੋ ਤਿੰਨ ਤਿੰਨ ਕੰਮ ਉਹਨਾਂ ਨੇ ਜਿਹੜੇ ਨੇ ਉਹ ਕੀਤੇ ਨੇ, ਨਿਸ਼ਾਨੇ ਉਹਨਾਂ ਨੇ ਕਈ ਲਾਏ ਨੇ। ਇੱਥੇ ਆਪਾਂ ਸਮਝ ਨਹੀਂ ਪਾ ਰਹੇ, ਇੱਥੇ ਆਪਾਂ ਸੁੱਤੇ ਵੀ ਪਏ ਹਾਂ, ਇਸ 'ਤੇ ਆਪਾਂ ਕੰਮ ਵੀ ਨਹੀਂ ਕਰਨਾ ਚਾਹੁੰਦੇ, ਇਸ ਦੇ ਉੱਤੇ ਆਪਾਂ ਕੋਈ ਬੋਲਣਾ ਵੀ ਨਹੀਂ ਚਾਹੁੰਦੇ, ਜਦਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ। ਠੀਕ ਹੈ, ਲੋਕੀ ਆ ਕੇ ਬਾਹਰ ਸੈਟਲ ਹੋਣ, ਲੇਕਿਨ ਪੰਜਾਬ ਦੇ ਨਾਲ ਸਾਡਾ ਜਿਹੜਾ ਉਹ ਖਿੱਤਾ, ਉਹਦੇ ਨਾਲ ਸਾਡਾ ਮੋਹ ਨਹੀਂ ਕਿਸੇ ਤਰੀਕੇ ਦੇ ਨਾਲ ਭੰਗ ਹੋਣਾ ਚਾਹੀਦਾ। ਉਹਦੇ ਵਾਸਤੇ ਕੀ ਹੋਏਗਾ ਕਿ ਜੇ ਉੱਥੇ ਮਾਹੌਲ ਸੁਖਾਵਾਂ ਹੋਏਗਾ, ਲੋਕਾਂ ਦੇ ਲੋਕੀ ਜੇ ਕੋਈ ਇਨਵੈਸਟਮੈਂਟ ਕਰਨੀ ਚਾਹੇ ਉਹ ਜਾ ਕੇ ਉੱਥੇ ਇਨਵੈਸਟਮੈਂਟ ਕਰੇ। ਅੱਜ ਸਟੇਟ ਦਾ ਜਿਹੜਾ ਹੈ ਉਹ ਫਾਈਨੈਂਸ ਮਿਨਿਸਟਰ ਜਿਹੜਾ ਹੈ ਉਹ ਇੱਕ ਸਟੇਟਮੈਂਟ ਦੇ ਰਿਹਾ ਜੀ ਆਓ ਜੀ NRIs ਨੂੰ, ਲੇਕਿਨ ਤੁਹਾਡੇ ਕੋਲ ਮਾਹੌਲ ਨਹੀਂ ਹੈ, ਤੁਹਾਡੇ ਕੋਲ ਉੱਥੇ ਕੋਈ ਲੋਕਾਂ ਦੇ ਆਪਣੇ ਜਿਹੜਾ ਲੋਕਾਂ ਦਾ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਸ ਸਿਸਟਮ ਨੂੰ ਪਸੰਦ ਨਹੀਂ ਕਰਦੇ। ਜਿਹੜਾ ਬੰਦਾ ਬਾਹਰੋਂ ਇਹੋ ਜਿਹੇ ਸਿਸਟਮ ਨੂੰ ਦੇਖ ਕੇ ਜਾਊਗਾ ਉਹ ਕਿਵੇਂ ਪਸੰਦ ਕਰੂਗਾ? ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਸਾਨੂੰ ਬੜੀ ਬਰੀਕੀ ਦੇ ਨਾਲ ਨਜ਼ਰ ਰੱਖਣੀ ਪੈਣੀ ਆ, ਨਹੀਂ ਤਾਂ ਜਿੱਦਾਂ ਦਾ ਮਾਹੌਲ ਬਣ ਚੁੱਕਿਆ ਜਾਂ ਬਣੀ ਜਾ ਰਿਹਾ, ਲੋਕਾਂ ਨੂੰ ਇੱਕ ਕਿਸਮ ਦਾ ਡਰ, ਇੱਥੋਂ ਵਾਲਿਆਂ ਨੂੰ ਤਾਂ ਡਰ ਇਹ ਪਾ ਦਿੱਤਾ ਗਿਆ ਕਿ ਜੇ ਤੁਸੀਂ ਇੱਥੇ ਵੜੇ ਜਾਂ ਤਾਂ ਤੁਹਾਨੂੰ ਕਿਸੇ ਨਾ ਕਿਸੇ ਕੇਸ ਵਿੱਚ ਫਸਾ ਦੇਵਾਂਗੇ, ਜੇ ਕਿਸੇ ਦੀ ਕੋਈ ਜ਼ਮੀਨ ਜਾਇਦਾਦ ਆ ਉਹਨੂੰ ਉਸ ਤਰੀਕੇ ਦੇ ਨਾਲ, ਜਾਂ ਕੋਈ ਉਹ ਕਿਸੇ ਆਪਣੇ ਹੱਕ ਹਕੂਕ ਵਾਸਤੇ ਬੋਲਦਾ ਅਤੇ ਉਹਨੂੰ ਪਤਾ ਨਹੀਂ ਕੀ ਕੁਛ ਉਹਦੇ ਦੇ ਉੱਤੇ ਜਿਹੜੇ ਹੈ ਨੇ ਐਕਟ ਲਾ ਕੇ ਉਹਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉੱਥੇ, ਕਿ ਉਹਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ, ਯਾਨੀ ਕਿ ਡਰ ਵਾਲਾ ਮਾਹੌਲ ਜਿਹੜਾ ਹੈ ਉਹ ਪੈਦਾ ਕੀਤਾ ਜਾ ਰਿਹਾ ਹੈਗਾ। ਜੇ ਡਰ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਤਾਂ ਇਹ ਸੋਚਣਾ ਪਏਗਾ ਕਿਹਨਾਂ ਵੱਲੋਂ ਕੀਤਾ ਜਾ ਰਿਹਾ। ਇਹ ਇੱਕ ਬੜੀ ਸੋਚੀ ਸਮਝੀ ਸਾਜਿਸ਼ ਆ, ਇਹਨੂੰ ਕੋਈ ਤੁਸੀਂ ਨੋਰਮਲ ਗੱਲ ਨਾ ਲਓ, ਇਹਨੂੰ ਤੁਸੀਂ ਕੋਈ ਸੌਖਾ ਜਿਹਾ ਨਾ ਸਮਝੋ ਕਿ ਆਪਾਂ ਇਹਨੂੰ ਐਕਸਪਲੇਨ ਕਰ ਸਕਦੇ ਹੈਗੇ ਹਾਂ। ਇਹਨੂੰ ਜਦੋਂ ਤੁਸੀਂ ਖੋਲੋਗੇ ਇਹਦੇ ਦੇ ਉੱਤੇ ਬੈਠ ਕੇ ਦੇਖੋਗੇ, ਸੋਚੋਗੇ, ਆਪਣੇ ਦਿਮਾਗ ਨੂੰ ਖਾਲੀ ਕਰਕੇ ਸੋਚੋਗੇ, ਤਾਂ ਤੁਹਾਡੇ ਦਿਮਾਗ 'ਚ ਇੰਨੀਆਂ ਗੱਲਾਂ ਆਉਣਗੀਆਂ ਕਿ ਤੁਸੀਂ ਸੋਚੋਗੇ ਕਿ ਇਹ ਹੋ ਕੀ ਰਿਹਾ ਸਾਡੇ ਨਾਲ, ਇਹ ਕੀਤਾ ਕਿਉਂ ਜਾ ਰਿਹਾ ਹੈਗਾ, ਕਿਉਂ ਪੰਜਾਬੀਆਂ ਨੂੰ ਐਡੇ, ਇਹ ਨਹੀਂ ਕਿ ਹੋਰ ਸਟੇਟਾਂ ਤੋਂ ਲੋਕ ਨਹੀਂ ਮਾਈਗ੍ਰੇਟ ਕਰਦੇ ਪਏ, ਲੇਕਿਨ ਉਹਨਾਂ ਦਾ ਜਿਹੜਾ ਤਰੀਕਾ, ਮੇਰੀ ਬਹੁਤ ਹੋਰ ਸਟੇਟਸ ਵਾਲਿਆਂ ਨਾਲ ਗੱਲਬਾਤ ਹੁੰਦੀ ਆ, ਉਹਨਾਂ ਦਾ ਤਰੀਕਾ ਅਲੱਗ ਆ, ਉਹਨਾਂ ਦੇ ਤਰੀਕੇ ਅਲੱਗ ਨੇ, ਇੱਦਾਂ ਦਾ ਮਾਹੌਲ ਨਹੀਂ ਆ। ਮਾਫ਼ ਕਰਨਾ, ਮੈਂ ਗੁਜਰਾਤ ਵਾਲੇ ਕਿਸੇ ਬੰਦੇ ਨੂੰ ਇਸ ਤਰ੍ਹਾਂ ਦਾ ਮਾਹੌਲ ਜਾਂ ਉਹਨਾਂ ਨਾਲ ਗੱਲਬਾਤ ਕਰਕੇ, ਈਵਨ ਦਨ ਕਿ ਅਸੀਂ ਉਹਨਾਂ ਨਾਲ ਕਿਤੇ ਕੰਮ ਵੀ ਕੀਤੇ ਨੇ, ਤਾਂ ਉਹਦੇ ਵਿੱਚ ਵੀ ਉਹਨਾਂ ਦਾ ਇਹੋ ਜਿਹਾ ਮਾਹੌਲ ਜਿਹੜਾ ਸੀਗਾ ਉਹ ਮੈਂ ਨਹੀਂ ਦੇਖਿਆ, ਜਾਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਜੋ ਮੈਨੂੰ ਪਤਾ ਲੱਗਿਆ। ਲੇਕਿਨ ਪੰਜਾਬ 'ਚ ਇਸ ਤੋਂ ਬਿਲਕੁਲ ਉਲਟਿਆ, ਪੰਜਾਬ ਦੇ ਵਿੱਚ ਤਾਂ ਜਦੋਂ ਬੰਦਾ ਦਿੱਲੀ ਤੋਂ ਉੱਤਰ ਕੇ ਪੈਰ ਧਰਦਾ,
ਪਹਿਲਾਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਦੀ ਜਿਹੜੀ ਲੁੱਟ ਘਸੁੱਟ ਆ ਦਿੱਲੀ ਏਅਰਪੋਰਟ ਤੋਂ ਉਤਰਦੇ ਅਨਸਾਰ ਹੀ ਸ਼ੁਰੂ ਹੋ ਜਾਂਦੀ ਆ। ਜਦ ਚੰਡੀਗੜ੍ਹ ਏਅਰਪੋਰਟ ਬਣ ਗਿਆ ਹੁਣ ਤੱਕ ਤਾਂ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਦੀਆਂ ਫਲਾਈਟਸ ਕਿਉਂ ਨਹੀਂ ਸ਼ੁਰੂ ਕੀਤੀਆਂ ਗਈਆਂ? ਇਹ ਵੀ ਇੱਕ ਬੜਾ ਵੱਡਾ, ਇਹ ਬਹੁਤ ਕੁਛ ਇਹਦੇ ਨਾਲ ਜੁੜਿਆ ਹੋਇਆ ਹੈਗਾ ਕਿ ਪੰਜਾਬ ਦੇ ਬੰਦੇ ਨੂੰ ਦਿੱਲੀ ਤੋਂ ਲੁੱਟਣਾ ਸ਼ੁਰੂ ਕਰਦੇ ਨੇ, ਪੰਜਾਬ ਆਉਂਦਿਆਂ ਤੱਕ ਉਹਦਾ ਉਹਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਕਿ ਮੈਂ ਬਹੁਤ ਸਾਰੇ ਬੰਦਿਆਂ ਨੂੰ ਜਦੋਂ ਉਹ ਵਾਪਸ ਵੀ ਆਉਂਦੇ ਨੇ ਕਿ ਮੈਂ ਕਿੱਥੇ ਆ ਗਿਆ ਵਾਪਸ, ਕਿਉਂ ਦੇਖੋ ਇਹ ਗੱਲ ਨਹੀਂ। ਜਦ ਕਿ ਸਾਡਾ ਜਿਹੜਾ ਮੋਹ ਹੈ ਉਹ ਇੱਦਾਂ ਹੁੰਦਾ ਸੀ ਕਿ ਭੱਜ ਕੇ ਜਾਣ ਨੂੰ ਦਿਲ ਕਰਦਾ ਸੀਗਾ ਕਿ ਨਹੀਂ ਕਿਹੜਾ ਵੇਲਾ ਹੋਵੇ, ਕਦੋਂ ਹਰ ਬੰਦੇ ਦਾ ਇਹ ਦਿਲ ਕਰਦਾ ਸੀਗਾ ਕਿ ਕਿਹੜੇ ਵੇਲੇ ਮੈਂ ਜਹਾਜ਼ ਦੀ ਟਿਕਟ ਲਵਾਂ ਅਤੇ ਮੈਂ ਜਾ ਕੇ ਆਪਣੇ ਉਸ ਜਗ੍ਹਾ ਦੇ ਉੱਤੇ ਜਾ ਕੇ ਮੈਂ ਰਵਾਂ, ਮੈਂ ਜਾ ਕੇ ਉੱਥੇ ਬੈਠਾਂ, ਮੈਂ ਲੋਕਾਂ ਨਾਲ ਗੱਲਾਂ ਬਾਤਾਂ ਮਾਰਾਂ, ਮੈਂ ਉਹ ਜੇ ਹੋ ਸਕੇ ਤਾਂ ਮੈਂ ਕਿਸੇ ਦੇ ਕੋਈ ਜਿਹੜੀ ਹੈ ਉਹ ਹੈਲਪ ਵੀ ਕਰਾਂ, ਕਿਸੇ ਦੀ ਕੋਈ ਮਦਦ ਕਰਨ ਦੀ ਲੋੜ ਪੈਂਦੀ ਹੈ ਉਹ ਵੀ ਕਰਾਂ, ਜਾਂ ਮੈਂ ਆਪਣੇ ਆਲੇ ਦੁਆਲੇ ਨੂੰ ਮਿਲਾਂ। ਪਰ ਤੁਹਾਨੂੰ ਤਾਂ ਇੱਕ ਹਊਆ ਬਣਾ ਕੇ ਹੁਣ ਪੇਸ਼ ਜਿਹੜਾ ਹੈ ਉਹ ਕੀਤਾ ਜਾਂਦਾ, ਜਾਂ ਇੱਦਾਂ ਦੀਆਂ ਸਟੇਟਮੈਂਟ ਦੇ ਦਿੱਤੀਆਂ ਜਾਂਦੀਆਂ ਨੇ, ਉੱਤੋਂ ਇਹ ਜਿਹੜੇ ਮੰਤਰੀ ਸੰਤਰੀ ਨੇ ਇਹ ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਨੇ ਜੀ ਆਓ ਜੀ ਤੁਹਾਡੇ ਵਾਸਤੇ ਤੁਸੀਂ ਇੱਥੇ ਲਾ, ਇੱਦਾਂ ਕੌਣ ਪੈਸਾ ਲਾ ਦੇਗਾ? ਲਾਇਆ ਹੀ ਆ ਲੋਕਾਂ ਨੇ, ਜਿਨ੍ਹਾਂ ਨੇ ਲਾਇਆ ਉਹਨਾਂ ਨੂੰ ਤੁਸੀਂ ਫਸਾ ਦਿੱਤਾ, ਉਹਨਾਂ ਨੂੰ ਤੁਸੀਂ ਉਹਨਾਂ ਦੀ ਨਾ ਤੁਸੀਂ ਕੋਈ ਸੁਣਦੇ ਹੋ, ਨਾ ਨਾਰੇ ਠਾਣਿਆਂ ਸੁਣੀ ਜਾਂਦੀ ਆ, ਨਾ ਕਿਤੇ ਹੋਰ ਸੁਣੀ ਜਾਂਦੀ ਆ, ਅਤੇ ਫਿਰ ਉਹ ਲੋਕ ਕਿੱਦਾਂ ਆਉਣਗੇ? ਇਹ ਬੜਾ ਗੰਭੀਰ ਮਸਲਾ, ਇਹ ਪ੍ਰਵਾਸ ਅਤੇ ਆਵਾਸ ਦਾ ਜਿਹੜਾ ਮਸਲਾ ਹੈ ਨਾ ਇਹ ਬਹੁਤ ਵੱਡੇ ਲੈਵਲ 'ਤੇ ਚੱਲ ਰਿਹਾ। ਹੁਣ ਕੁਛ ਜ਼ਿਆਦਾ ਇਹਦਾ ਫਲੋ ਜਿਹੜਾ ਹੈ ਉਹ ਹੋ ਚੁੱਕਿਆ ਹੈਗਾ, ਕਿਉਂ ਉੱਥੋਂ ਹਰ ਬੰਦਾ ਇਹ ਸੋਚਦਾ ਕਿ ਕੋਈ ਤਰੀਕਾ ਵੀ ਅਪਣਾਉਣਾ ਪਵੇ ਮੈਨੂੰ ਪਰ ਮੈਂ ਇੱਥੋਂ ਭੱਜ ਜਾਵਾਂ, ਜਦਕਿ ਉਹ ਤਾਂ ਗੁਰੂ ਪੀਰਾਂ ਦੀ ਪੈਗੰਬਰਾਂ ਦੀ ਸਾਡੇ ਗੁਰੂਆਂ ਦੀ ਧਰਤੀ ਆ, ਉਹਨੂੰ ਤਾਂ ਜਿੰਨੀ ਵਾਰ ਤੁਸੀਂ ਨਤਮਸਤਕ ਹੋ ਓਨਾ ਹੀ ਥੋੜ੍ਹਾ ਕਈ ਵਾਰੀ ਅਸੀਂ ਮਹਿਸੂਸ ਕਰਦੇ ਹਾਂ, ਇੰਨੇ ਨੇ ਸਾਲ ਹੋ ਗਏ ਇੱਥੇ ਆਇਆਂ ਨੂੰ, ਫਿਰ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਫਿਜ਼ੀਕਲੀ ਅਸੀਂ ਇੱਥੇ ਘੁੰਮਦੇ ਹਾਂ ਲੇਕਿਨ ਮੈਂਟਲੀ ਅਸੀਂ ਉੱਥੇ ਘੁੰਮਦੇ ਹਾਂ, ਉਹਨਾਂ ਆਪਣੇ ਘਰਾਂ ਦੇ ਵਿੱਚ ਹੀ ਘੁੰਮ ਰਹੇ ਹੁੰਦੇ ਹਾਂ, ਸੁਪਨਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਘੁੰਮ ਰਹੇ ਹੁੰਦੇ ਹਾਂ। ਪਰ ਜੇ ਸਾਡੀ ਅਗਲੀ ਜਨਰੇਸ਼ਨ ਦਾ ਕੀ ਬਣੇਗਾ? ਅਗਲੀ ਜਨਰੇਸ਼ਨ ਦਾ ਤੁਸੀਂ ਮੋਹ ਭੰਗ ਕਰਦੇ ਪਏ ਹੋ, ਤੁਸੀਂ ਉਹ ਜਿਹਾ ਮਾਹੌਲ ਕ੍ਰੀਏਟ ਕਰਦੇ ਪਏ ਹੋ ਉਹਨਾਂ ਦਾ। ਜਦੋਂ ਹਰਿਆਣੇ ਦੇ ਵਿੱਚ ਉਹਨਾਂ ਦਾ ਚੱਲਿਆ ਸੀਗਾ ਆਰਕਸ਼ਣ, ਗੁੱਜਰ ਆਰਕਸ਼ਣ ਚੱਲਿਆ ਸੀਗਾ, ਜਾਂ ਉਹ ਜਿਹੜੀ ਵੀ ਉਹਨਾਂ ਨੇ ਸਟ੍ਰਾਈਕ ਕੀਤੀ ਸੀਗੀ, ਕੀ ਹੋਇਆ ਸੀ ਉਦੋਂ NRIs ਦੇ ਨਾਲ? ਥੋੜ੍ਹੇ ਕੇਸ ਹੋਏ ਸੀਗੇ। ਜਦੋਂ ਤੁਸੀਂ ਕਿਸੇ ਬੰਦੇ ਨੂੰ ਉਹ ਜਿਹੜੇ ਲੋਕਾਂ ਨਾਲੇ ਵਾਪਰੀ ਆ, ਲੋਕ ਹੀ ਚੁੱਪ ਕਰ ਗਏ, ਤਾਂ ਤੁਸੀਂ ਇਹਦੇ ਜਿਹੜੇ ਲੋਕ ਵਾਪਰੇ ਉਹ ਕਦੇ ਮੂੰਹ ਨਹੀਂ ਕਰਦੇ ਉਸ ਸਾਈਡ ਨੂੰ, ਅਤੇ ਜਿਹਨਾਂ ਲੋਕਾਂ ਨੇ ਇਹ ਕਹਾਣੀਆਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਹੱਡ ਬੀਤੀਆਂ ਜਦੋਂ ਸੁਣੀਆਂ, ਤਾਂ ਉਹ ਲੋਕ ਕਿਵੇਂ ਮੂੰਹ ਕਰਨਗੇ? ਇਹ ਬੜੀ ਸੋਚਣ ਵਾਲੀ ਗੱਲ ਆ। ਇਹ ਸਾਰਾ ਕੁਛ ਇੱਕ ਚੀਜ਼ ਨਾਲ ਜੁੜਿਆ ਹੋਇਆ। ਜੇ ਅਸੀਂ ਇਹਨਾਂ ਨਿੱਕੀਆਂ ਗੱਲਾਂ, ਜਿਨ੍ਹਾਂ ਨੂੰ ਆਪਾਂ ਨਿੱਕੀਆਂ ਸਮਝਦੇ ਹਾਂ, ਹੈ ਨਿੱਕੀਆਂ ਨਹੀਂ ਹੈ, ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਹਾਈ ਲੈਵਲ 'ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੇ ਪਲੈਨਿੰਗ ਦੇ ਨਾਲ ਹੋ ਰਿਹਾ, ਸਾਨੂੰ ਹੀ ਨਹੀਂ ਪਤਾ ਲੱਗ ਰਿਹਾ। ਬਹੁਤ ਗਿਣਤੀ ਸਾਡੇ ਬੰਦਿਆਂ ਨੂੰ ਇਹ ਪਤਾ, ਨਹੀਂ ਜੀ ਇੱਦਾਂ ਨਹੀਂ ਹੁੰਦਾ ਹੈਗਾ, ਪਰ ਲੇਕਿਨ ਇਹ ਹੋ ਰਿਹਾ, ਇਹਦੇ 'ਤੇ ਸਾਨੂੰ ਕੰਮ ਕਰਨਾ ਪਊਗਾ। ਇਹ ਜਿੰਨੀਆਂ ਵੀ ਇਹ ਸਮੱਸਿਆਵਾਂ ਨੇ ਨਾ, ਇਹਨਾਂ ਦਾ ਜਿਹੜਾ ਹੱਲ ਆ ਉਹ ਸਾਨੂੰ ਲੱਭਣਾ ਪਊਗਾ, ਸਾਨੂੰ ਆਪਣੇ ਬੇਸ ਦੇ ਉੱਤੇ ਇਹਨਾਂ ਦਾ ਹੱਲ ਲੱਭਣ ਵਾਸਤੇ ਕਿਸੇ ਨਾ ਕਿਸੇ ਆਪਣੇ ਜਿਹੜੇ ਸਾਡੇ ਹੱਕ ਹਕੂਕ ਨੇ ਉਹਨਾਂ ਬਾਰੇ ਬੋਲਣਾ ਪਊਗਾ, ਤਾਂ ਅਸੀਂ ਉਸ ਖਿੱਤੇ ਦੇ ਵਿੱਚ ਮਾਹੌਲ ਆਪਣੇ ਸਖਾਵਾਂ ਬਣਾ ਸਕਦੇ ਹਾਂ, ਅਤੇ ਤਾਂ ਇਹ ਜਿਹੜੇ ਪੰਛੀ ਨੇ
ਇਹ ਜੋ ਵੀ ਬਾਹਰ ਬੈਠੇ ਨੇ ਇਹਨਾਂ ਵਾਸਤੇ ਵਧੀਆ ਮਾਹੌਲ ਬਣੇ ਅਤੇ ਉਹ ਲੋਕ ਪਰਤਣ, ਉੱਥੇ ਰਹਿਣ, ਉਸ ਦੀ ਨੁਹਾਰ ਜਿਹੜੀ ਆ ਉਹ ਬਿਲਕੁਲ ਪੰਜਾਬ ਦੀ ਜਿਹੜੀ ਆ ਉਹ ਬਦਲ ਦਿੱਤੀ ਜਾਏਗੀ। ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬ ਅੱਜ ਗਰੀਬ ਹੋ ਗਿਆ, ਜੀ ਬਿਲਕੁਲ ਕੋਈ ਗਰੀਬ ਨਹੀਂ, ਸਾਡੀ ਕੌਮ ਇੰਨੀ ਦਿਆਲੂ ਆ, ਅਸੀਂ ਇੰਨਾ ਕੁਛ ਕਰ ਸਕਦੇ ਹੈਗੇ ਹਾਂ ਕਿ ਇੱਕ ਵਾਰੀ ਮੌਕਾ ਮਿਲੇ ਪੰਜਾਬ ਜਿਹੜਾ ਹੈ ਉਹ ਦੁਬਾਰਾ ਸੋਨੇ ਦੀ ਚਿੜੀ ਜਿਹੜੀ ਹੈਗੀ ਆ ਉਹ ਬਣ ਸਕਦੀ ਆ। ਸਿਰਫ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਆ, ਸਮਾਂ ਜਾਤ ਨਹੀਂ ਦਿੰਦਾ, ਗੱਲਾਂ ਤਾਂ ਬਹੁਤ ਹੋਰ ਵੀ ਹੋ ਸਕਦੀਆਂ ਸੀਗੀਆਂ ਇਸ ਟੌਪਿਕ ਦੇ ਬਾਰੇ। ਕੋਸ਼ਿਸ਼ ਕਰਦੇ ਰਹਾਂਗੇ ਅਸੀਂ ਆਪਣੇ ਤੌਰ ਦੇ ਉੱਤੇ ਕੁਛ ਨਾ ਕੁਛ ਜਿਹੜੀ ਹੈ ਉਹ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤਾ ਜਾਵੇ ਇੱਦਾਂ ਦੇ, ਪਰ ਹੁਣ ਜਿਹੜਾ ਸਮਾਂ ਅੱਜ ਦਾ ਉਹ ਇਜਾਜ਼ਤ ਨਹੀਂ ਦਿੰਦਾ, ਮੈਨੂੰ ਦੇ ਦਿਓ ਇੱਥੇ ਇਜਾਜ਼ਤ, ਕੱਲ੍ਹ ਨਵੇਂ ਕਿਸੇ ਟੌਪਿਕ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ, ਇੱਥੇ ਦੇ ਦਿਓ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਜਾਗਦੇ